ਸਤਰੀਆਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਵੇਸ਼ਪਰ ਵੀ ਫੈਲੇ ਹੋਏ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਦਰਸ਼ਕਾਂ ਨਾਲ ਸਾਂਝ ਪਿਆਵਾਂਗੇ ਇੱਕ ਬੜੀ ਪੁਰਾਣੀ ਜਿਹੜੀ ਕਹਾਣੀ ਹੈ ਜਿਹਦੇ ਵਿੱਚ ਕੇ ਸੰਦੀਪ ਸਿੰਘ ਸੰਨੀ ਜੋ ਕਿ ਦੋ ਬੱਚਿਆਂ ਦਾ ਪਿਓ ਅਤੇ ਨਵ ਜਮਿਆ ਬੱਚਾ ਉਸਦੀ ਘਰ ਵਾਲੀ ਦੇ ਕੋਛੜ ਸੀ ਨੇ 4 ਨਵੰਬਰ 2022 ਵਿੱਚ ਸ਼ਿਵ ਸੈਨਾ ਦੇ ਲੀਡਰ ਸੁਦੀਰ ਸੂਰੀ ਦਾ ਦਿਨ ਦਿਹਾੜੇ ਪੁਲਿਸ ਦੇ ਸਾਹਮਣੇ ਵੱਡੀ ਸੰਖਿਆ ਵਿੱਚ ਪੁਲੀ ਕਰਮੀਆਂ ਉਥੇ ਸਨ ਜਿਨ੍ਹਾਂ ਦੀ ਗਿਣਤੀ 15-20 ਦੱਸੀ ਜਾਂਦੀ ਹੈ ਦਾ ਕਤਲ ਕੀਤਾ ਸੀ ਉਸ ਦੀ ਜ਼ਿੰਦਗੀ ਨੂੰ ਪਟਿਆਲਾ ਜੇਲ੍ਹ ਵਿੱਚ ਥ੍ਰੈਟ ਸੋ ਸੰਦੀਪ ਸਿੰਘ ਸੰਨੀ ਉੱਪਰ ਇਹ ਦੱਸਿਆ ਜਾਂਦਾ ਹੈ ਕਿ ਪਟਿਆਲਾ ਜੇਲ੍ਹ ਵਿੱਚ ਹਮਲਾ ਹੋਇਆ ਜਿਸ ਕਦਰ ਉਸ ਨੂੰ ਇੱਕ ਵੱਖਰੀ ਬੈਰਿਸ ਵਿੱਚ ਸੇਫ ਤਾਂ ਤੇ ਉਸ ਨੂੰ ਹੁਣ ਵੱਖਰਾ ਨਜ਼ਰਬੰਦ ਕੀਤਾ ਗਿਆ ਇਹ ਖਬਰਾਂ ਪਟਿਆਲਾ ਜੇਲ੍ਹ ਚੋਂ ਨਿਕਲੀਆਂ ਅਸੀਂ ਸੰਦੀਪ ਸਿੰਘ ਸੰਨੀ ਦੀ ਇਸ ਕਹਾਣੀ ਦੀ ਤੁਹਾਡੇ ਨਾਲ ਚਰਚਾ ਕਰਾਂਗੇ ਇਸ ਤੋਂ ਪਹਿਲੇ ਇਸ ਖਤਰਨਾਕ ਡਵੈਲਪਮੈਂਟ ਦਾ ਤੁਹਾਡੇ ਨਾਲ ਅਸੀਂ ਸਾਂਝ ਪਾਈ ਹੈ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਕਿ ਤੁਸੀਂ ਜੇਕਰ ਇਸ ਚੈਨਲ ਨੂੰ ਹੁਣ ਤਿਕਨ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਇਹਦਾ ਬੈਲ ਆਈਕਨ ਯਾਨੀ ਦੀ ਘੰਟੀ ਜਿਹੜੀ ਕਮਿਊਨੀਕੇਸ਼ਨ ਵਾਲੀ ਹੈ ਜਰੂਰ ਦਬਾਓ ਤਾਂ ਜੋ ਹਰ ਘਣ ਜਿਹੜੀ ਵੀਡੀਓ ਅਸੀਂ ਅਪਲੋਡ ਕਰੀਏ ਉਸ ਦਾ ਕਮਿਊਨੀਕੇਸ਼ਨ ਤੁਹਾਡੇ ਕੋਲ ਤੁਰੰਤ ਪਹੁੰਚੇ ਅਤੇ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਉਹਦਾ ਨਰੀਖਣ ਕਰ ਸਕੋ ਮੇਰੀ ਆਪ ਜੀ ਨੂੰ ਵੀ ਗੁਜਾਰਸ਼ ਹੈ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਆਪਣੇ ਮਿੱਤਰਾਂ ਨਾਲ ਸਬੰਧੀਆਂ ਨਾਲ ਆਪਣੇ ਗਰੁੱਪਾਂ ਵਿੱਚ ਅਤੇ ਹੋਰ ਥਾਵਾਂ ਤੇ ਤਾਂ ਜੋ ਤੁਹਾਡੇ ਜਾਣਕਾਰ ਆਜ਼ਾਦ ਪੱਤਰਕਾਰੀ ਦੀ ਇੱਕ ਬੱਤੀਆ ਵਨਗੀ ਦੇਖ ਸਕਣ ਇਹ ਘਟਨਾ ਪਿਛਲੇ ਦਿਨਾਂ ਦੀ ਹੈ 2-3 ਦਿਨਾਂ ਚ ਡਵੈਲਪਮੈਂਟ ਹੋਈ ਹੈ ਕਿ ਸੰਦੀਪ ਸਨਨੀ ਜੋ ਕਿ ਅੰਮ੍ਰਿਤਸਰ ਦੇ ਕਤਲ ਕੇਸ ਵਿੱਚ ਇੱਥੇ ਭੇਜਿਆ ਗਿਆ ਇਹ 2022 ਦਾ ਕਤਲ ਹੈ ਸੁਦੀਰ ਸੂਰੀ ਜੋ ਸ਼ਿਵ ਸ਼ੈਨਾ ਟਕਸਾਲੀ ਹੈ ਪੰਜਾਬ ਦੀ ਉਹਦਾ ਮੁਖੀ ਜਿਸ ਨੂੰ ਕੇਸਨੀ ਨੇ ਇੱਕਦਮ ਗੁੱਸਾ ਆਣ ਤੇ ਆਪਣੇ ਲਾਇਸੈਂਸਡ ਵੈਪਨ ਰਿਵੋਲਵਰ ਨਾਲ ਉਸ ਦਾ ਦਿਨ ਦਿਹਾੜੇ ਜਨਤਾ ਦੇ ਸਾਹਮਣੇ ਪੂਲ ਪਬਲਿਕ ਵਿਊ ਜੀ ਨੂੰ ਕੰਨ 20 ਤੋਂ ਵੱਧ ਪੁਲਿਸ ਕਰਮੀ ਵੀ ਉੱਥੇ ਸੀ ਡੀਐਸਪੀ ਵੀ ਸੀ ਉਸ ਨੂੰ ਵੱਡੀ ਸਿਕਿਉਰਿਟੀ ਮਿਲੀ ਹੋਈ ਸੀ ਪਰ ਉਸ ਨੇ ਉਸ ਦਾ ਕਤਲ ਇੱਕਦਮ ਆਪਣੇ ਘਰ ਚੋਂ ਨਿਕਲਿਆ ਅਤੇ ਦਾੜ ਦਾੜ ਗੋਰੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਬੜੀ ਦੇਰ ਉਸ ਦੀ ਲਾਸ਼ ਉੱਥੇ ਪਈ ਰਹੀ ਪੁਲਿਸ ਸਾਰੀ ਭੱਜ ਗਈ ਕਿਉਂਕਿ ਪੁਲਿਸ ਨੂੰ ਡਰ ਸੀ ਕਿ ਇਹ ਜੋ ਹਮਲਾਵਰਨ ਕਿਤੇ ਇੱਕ ਤੋਂ ਵੱਧ ਹੋਣ ਤਾਂ ਉਸ ਨੂੰ ਉਹਨਾਂ ਉੱਪਰ ਅਗਲਾ ਹਮਲਾ ਨਾ ਹੋ ਜਾਏ ਸੋ ਉਸ ਦੀ ਲਾਸ਼ ਨੂੰ ਹਸਪਤਾਲ ਲੈ ਜਾਣਾ ਵੀ ਬੜਾ ਔਖਾ ਹੋ ਗਿਆ ਕਾਫੀ ਸਮੇਂ ਤੋਂ ਬਾਅਦ ਉਸ ਦੀ ਲਾਸ਼ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਚੁੱਕ ਕੇ ਉਸ ਨੂੰ ਹਸਪੀਟਲ ਲਜਾਇਆ ਗਿਆ ਜਿੱਤ ਕੇ ਉਸ ਨੂੰ ਮਰਿਆ ਲਿਆਂਦਾ ਕੋਸ਼ਤ ਕੀਤਾ ਗਿਆ ਸੋ ਇਹ ਘਟਨਾ ਬੜੀ ਚਰਚਿਤ ਸੀ ਕਿਉਂਕਿ ਜੋ ਸੰਦੀਪ ਸਿੰਘ ਸਥਨੀ ਦਾ ਪਰਿਵਾਰ ਹੈ ਅੰਮ੍ਰਿਤਧਾਰੀ ਹੈ ਔਰ ਕਪੜੇ ਦਾ ਬਿਜ਼ਨਸ ਕਰਦਾ ਉਸੇ ਗਲੀ 'ਚ ਉਸੇ ਮੱਲੇ 'ਚ ਇਹ ਜੋ ਉੱਥੇ ਗੋਪਾਲ ਮੰਦਰ ਉਹਨਾਂ ਦੇ ਦੁਕਾਨ ਦੇ ਨੇੜੇ ਸੋ ਸੁਦੀਰ ਸੂਰੀ ਉਥੇ ਕਈ ਦਿਨਾਂ ਦਾ ਆਪਣਾ ਧਰਨਾ ਦੇ ਕੇ ਬੈਠਾ ਸੀ ਜਿਸ ਕਾਰਨ ਸੰਦੀਪ ਸਿੰਘ ਸੰਨੀ ਦੀ ਕਪੜੇ ਦੀ ਦੁਕਾਨ ਅਤੇ ਉਸਦੇ ਭਰਾ ਦੀਆਂ ਕਪੜੇ ਦੀਆਂ ਦੁਕਾਨਾਂ ਤੇ ਗਾਹਕਾਂ ਨੇ ਬੰਦ ਹੋਏ ਹੋਏ ਸਨ ਗੱਲ ਕੁਝ ਨਹੀਂ ਨੀ ਕਿ ਰੰਜੇਸ਼ ਸਿੰਘ ਉਹਦੇ ਕੋਲ ਰਿਵਾਲਵਰ ਸੀ ਉਹਨੇ ਕੋਈ ਨਹੀਂ ਸੋਚਿਆ ਕਿ ਉਸ ਦੀ ਘਰ ਵਾਲੀ ਦਾ ਫਿਊਚਰ ਕੀ ਹੋਏਗਾ ਉਸ ਦੇ ਛੋਟੇ ਛੋਟੇ ਬੱਚਿਆਂ ਦਾ ਫਿਊਚਰ ਕੀ ਹੋਏਗਾ ਉਸ ਨੇ ਜਾ ਕੇ ਸੂਰੀ ਦੇ ਸਿਰ ਵਿੱਚ ਗੋਲੀਆਂ ਦਾਗ ਦਿੱਤੀਆਂ ਮਾਰਤਾ ਉਸ ਔਨ ਦੀ ਸਪਾਰਟੀ ਗਿਆ ਸੋ ਹੁਣ ਉਹਦੇ ਉੱਤੇ ਜੇਲ੍ਹ 'ਚ ਹਮਲਾ ਹੋਇਆ ਇਸ ਹਮਲੇ ਵਿੱਚ ਉਸ ਦੀ ਜ਼ਿੰਦਗੀ ਨੂੰ ਨਵੀਂ ਥ੍ਰੈਟ ਪੈਦਾ ਹੋਈ ਹੈ ਖਤਰਾ ਪੈਦਾ ਹੋਇਆ ਉਸ ਦੀ ਲਾਈਫ ਨੂੰ ਇਸ ਕਰਕੇ ਉੱਥੋਂ ਦੀ ਜੇਲ੍ਹ ਦੀ ਐਡਮਿਨਿਸਟ੍ਰੇਸ਼ਨ ਨੇ ਉਸ ਨੂੰ ਉੱਥੋਂ ਬਦਲ ਕੇ ਇੱਕ ਨਵੀਂ ਬੈਰਕ ਵਿੱਚ ਭੇਜਿਆ ਔਰ ਉਸ ਨੂੰ ਪਟਿਆਲਾ ਜੇਲ੍ਹ ਦੇ ਜੋ ਸੁਪਰਡੈਂਟ ਹਨ ਵਰਨ ਸ਼ਰਮਾ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਉੱਥੋਂ ਦੇ ਅੰਦਰ ਜੋ ਕੈਦੀ ਹਨ ਕਈ ਕਿਸਮ ਦੇ ਕੈਦੀ ਹਨ ਤੁਹਾਨੂੰ ਪਤਾ ਜੇਲ੍ਹ 'ਚ ਉਹਨਾਂ ਨਾਲ ਕੋਈ ਗਰਮਗਰਮ ਰੋਜ਼ ਬਹਿਸਾਂ ਹੁੰਦੀਆਂ ਸੀ ਤੇ ਇੱਕ ਬਹਿਸ ਵਿੱਚ ਅਜਿਹਾ ਖਤਰਾ ਪੈਦਾ ਹੋ ਗਿਆ ਕਿ ਕੁਝ ਕੈਦੀਆਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਉਸ ਦੀ ਜ਼ਿੰਦਗੀ ਨੂੰ ਖਤਰਾ ਮਹਿਸੂਸ ਕਰਦੇ ਹੋਏ ਪਟਿਆਲਾ ਜੇਲ੍ਹ ਦੇ ਜੇਲਰ ਨੇ ਉਸ ਨੂੰ ਇੱਕ ਵੱਖਰੀ ਬੈਰਕ ਵਿੱਚ ਬੰਦ ਕਰ ਦਿੱਤਾ ਤਾਂ ਜੋ ਉਸ ਦਾ ਜੀਵਨ ਕਤਰੀ ਤੋਂ ਮੁਕਤ ਹੋ ਜਾਏ ਇਹ ਜੋ ਨਵੀਂ ਸਥਿਤੀ ਪੈਦਾ ਹੋਈ ਹੈ ਇਹਦੇ ਵਿੱਚ ਹੋ ਸਕਦਾ ਕਿ ਸੰਦੀਪ ਸਿੰਘ ਸੰਨੀ ਨੂੰ ਪਟਿਆਲਾ ਜੇਲ੍ਹ ਵਿੱਚੋਂ ਕਿਸੇ ਹੋਰ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਏ ਹੁਣ ਤਾਂ ਉਸ ਨੂੰ ਵਾਪਸ ਅੰਮ੍ਰਿਤਸਰ ਜੇਲ੍ਹ ਜੀ ਵੀ ਭੇਜਿਆ ਜਾ ਸਕਦਾ ਕਿਉਂਕਿ ਉਸ ਦਾ ਜੋ ਕਤਲ ਦਾ ਮਕਦਮਾ ਉਹ ਤਾਂ ਅੰਮ੍ਰਿਤਸਰ ਕੋਰਟ ਵਿੱਚ ਹੀ ਚੱਲ ਰਿਹਾ ਹੈ ਔਰ ਉਸ ਦੇ ਗਵਾਹ ਵਗੈਰਾ ਸਾਰੇ ਅੰਮ੍ਰਿਤਸਰ 'ਚ ਹੀ ਰਹਿੰਦੇ ਨੇ ਸੋ ਜਿਹੜਾ ਸੁਦੀਰ ਸੂਰੀ ਹੈ ਉਸ ਦਾ ਵੀ ਘਰ ਉਥੇ ਨੇੜੀ ਕੀ ਹੈ ਅਸਲ ਘਟਨਾ ਨੂੰ ਅੰਜਾਮ ਜੋ ਦਿੱਤਾ ਕਿ ਸੁਦੀਰ ਸੂਰੀ ਸਿੱਖਾਂ ਬਾਰੇ ਬੜੀਆਂ ਪੜਕਾਉ ਬਿਆਨਬਾਜ਼ੀ ਕਰਦਾ ਸੀ ਸੋਸ਼ਲ ਮੀਡੀਆ ਦਾ ਪੂਰਾ ਪ੍ਰਯੋਗ ਕਰਦਾ ਸੀ ਔਰ ਉਸ ਦਾ ਹੌਸਲਾ ਪੁਲਿਸ ਵੱਲੋਂ ਮਿਲੀ ਹੋਈ ਸਿਕਿਉਰਿਟੀ ਵੱਡੀ ਸਿਕਿਉਰਿਟੀ ਸੀ ਜਾਨੀ ਡੀਐਸਪੀ ਰੈਂਕ ਦਾ ਅਫਸਰ ਉਹਦੀ ਸਿਕਿਉਰਿਟੀ ਤੇ ਲਾਇਆ ਸੀ ਉਹਦੇ ਇੱਥਾਂ ਦੱਸਿਆ ਜਾਂਦਾ ਹੈ ਕਿ 11 ਤੋਂ 15 ਤੱਕ ਪੁਲਿਸ ਕਰਮੀ ਵੱਖ-ਵੱਖ ਅਦਕਾਰੀ ਵੀ ਉਹਦੀ ਸਿਕਿਉਰਿਟੀ ਤੇ ਸਨ ਰੌਣ ਦੀ ਕਲਾ ਕੇ ਸਿਕਿਉਰਿਟੀ ਸੀਗੀ ਔਰ ਉਹ ਏ ਵੀ ਦੱਸਿਆ ਗਿਆ ਕਿ ਉਹਦੀ ਹੌਸਲਾ ਸਿਕਿਉਰਿਟੀ ਕਰਕੇ ਇੰਨਾ ਵੱਧ ਗਿਆ ਸੀ ਕਿ ਉਹ ਸਿੱਖ ਇਸਤਰੀਆਂ ਬਾਰੇ ਵੀ ਫਜ਼ੂਲ ਕਿਸਮ ਦੀਆਂ ਪੱਧੀਆਂ ਵੀਡੀਓ ਚ ਸਟੇਟਮੈਂਟਾਂ ਦਿਆ ਕਰਦਾ ਸੀ ਵੀਡੀਓ ਬਣਵਾ ਕੇ ਤਾਂ ਸਰਕੂਲੇਟ ਵਾਇਰਲ ਕਰਦਾ ਸੀ ਜਿਸ ਦਾ ਕੇ ਅਸਰ ਬੜਾ ਭੈੜਾ ਸਿੱਖ ਦੇਸ਼ਾਂ ਵਿਦੇਸ਼ਾਂ ਤੇ ਸਭ ਪਾਸੇ ਪੈਂਦਾ ਸੀ ਕਿ ਪੰਜਾਬ ਵਿੱਚ ਅਜਿਹੀ ਹਾਲਤ ਹੋ ਗਈ ਹੈ ਕਿ ਪੰਜਾਬ ਵਿੱਚ ਸ਼ਿਵ ਸੈਨਾ ਦਾ ਕੋਈ ਨੇਤਾ ਜਿਸ ਦੀ ਕੋ ਬਹੁਤ ਵੱਡੀ ਫੋਲੋਇੰਗ ਵੀ ਨਹੀਂ ਪਰ ਬਜਿੱਦ ਹੈ ਸਿੱਖਾਂ ਬਾਰੇ ਭਧੀਆਂ ਗੱਲਾਂ ਕਰਨ ਦਾ ਹੁਣ ਇਹਦੇ ਵਿੱਚ ਹੁਣ ਅੱਗੋਂ ਕੀ ਹੋਏਗਾ ਕਿ ਕੀ ਸੰਦੀਪ ਸਿੰਘ ਸਨਨੀ ਨੂੰ ਉਥੇ ਹੀ ਰੱਖਿਆ ਜਾਏਗਾ ਜਾਂ ਬਦਲਿਆ ਜਾਏਗਾ ਸੰਦੀਪ ਸਿੰਘ ਸੰਨੀ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਅਜੇ ਤੱਕ ਕੋਈ ਅਜੇ ਹੀ ਸੂਚਨਾ ਨਹੀਂ ਕਿ ਉਸ ਦੀ ਜ਼ਿੰਦਗੀ ਨੂੰ ਖਤਰਾ ਹੈ ਪਰ ਉਹ ਬੜੇ ਫਿਕਰਮੰਦ ਹਨ ਉਹਨਾਂ ਨੇ ਇਹ ਕਿਹਾ ਕਿ ਉਹ ਜੇਲ੍ਹ ਵਿੱਚ ਜਾ ਕੇ ਉਹਦੇ ਨਾਲ ਮੁਲਾਕਾਤ ਕਰਨਗੇ ਪਟਿਆਲੇ ਅੰਮ੍ਰਿਤਸਰ ਤੋਂ ਜਾਣਗੇ ਤੇ ਮੁਲਾਕਾਤ ਤੋਂ ਬਾਅਦ ਉਹ ਆਪਣਾ ਅਸਲੀਅਤ ਦਾ ਬਿਆਨ ਦੇਣਗੇ ਅੰਤ ਵਿੱਚ ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹਨਾ ਕਿ ਜੇਲ੍ਹ ਅਧਿਕਾਰੀਆਂ ਨੇ ਇਸ ਘਟਨਾ ਦੀ ਜਿਹੜੀ ਇਹ ਡਿਨਾਈ ਕੀਤਾ ਉਹਨਾਂ ਨੇ ਕਿਹਾ ਅਜੇ ਕੋਈ ਘਟਨਾ ਨਹੀਂ ਵਾਪਰੀ ਉਹਦੇ ਪਰ ਬਦਲਿਆ ਕਿਉਂ ਹੈ ਉਸ ਨੂੰ ਸੇਫਰ ਥਾਂ ਤੇ ਉਸ ਦੀ ਜਿੰਦਗੀ ਨੂੰ ਖਤਰਾ ਕਿਹੜੇ ਅਪਰਾਧੀਆਂ ਤੋਂ ਹੈ ਇਹ ਬਿਲਕੁਲ ਨਹੀਂ ਦੱਸਿਆ ਉਹਨਾਂ ਨੇ ਪਰ ਉਸ ਦਾ ਜੇਲ੍ਹ ਵਿੱਚ ਵਕਰੀ ਤਾਂ ਉਹਨੂੰ ਰੱਖਿਆ ਗਿਆ ਸੋ ਇਹ ਹੈ ਸੰਦੀਪ ਸਿੰਘ ਸੰਨੀ ਦੀ ਜ਼ਿੰਦਗੀ ਚ ਆਇਆ ਨਵਾਂ ਮੋੜ ਜਿਹੜਾ ਅਸੀਂ ਤੁਹਾਡਾਂ ਨਾਲ ਸਾਂਝਾ ਕੀਤਾ ਹੈ ਉਮੀਦ ਹੈ ਇਸ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਔਰ ਇਸ ਨੂੰ ਆਪਣੇ ਸੰਗਾ ਸਵਨਿਆਂ ਨਾਲ ਸਾਂਝਾ ਕਰੋਗੇ ਧੰਨਵਾਦ ਸਤਿ ਸ੍ਰੀ ਅਕਾਲ